ਕਿਹੜੇ ਥਾਣੇ ਨੂੰ ਆਏ ਭਾਜੀ? ਪ੍ਰੈਸ ਤੋਂ ਹੈਗਾ, ਕਿੱਦਾਂ ਭੱਜ ਗਿਆ ਸੀ? ਏਐਸਆਈ ਦੀ ਕੈਦੀ ਨੂੰ ਭੱਜ ਕੇ ਫੜਨ ਦੀ ਵੀਡੀਓ ਸਾਹਮਣੇ ਆ ਗਈ ਹੈ। ਦੇਖੋ ਕਿਵੇਂ ਏਐਸਆਈ ਨੂੰ ਸਾਹ ਚੜਿਆ ਹੋਇਆ ਹੈ। ਏਐਸਆਈ ਉਸ ਕੈਦੀ ਦੇ ਮਗਰ ਭੱਜ ਰਿਹਾ ਹੈ। ਪੂਰੇ ਬਾਜ਼ਾਰ ਦੇ ਵਿੱਚ ਦੇਖ ਸਕਦੇ ਹੋ ਉਸਦਾ ਪਿੱਛਾ ਕਰ ਰਿਹਾ ਹੈ ਇਹ ਏਐਸਆਈ। ਇਸੇ ਦੌਰਾਨ ਉਸਨੂੰ ਹਾਰਟ ਅਟੈਕ ਆਇਆ। ਦੇਖ ਸਕਦੇ ਹੋ ਕਿ ਏਐਸਆਈ ਨੇ ਭੱਜ ਕੇ ਕੈਦੀ ਨੂੰ ਫੜਿਆ, ਆਟੋ ਦੇ ਵਿੱਚ ਬਿਠਾਇਆ। ਆਟੋ 'ਚ ਜਦੋਂ ਏਐਸਆਈ ਬੈਠਾ ਸੀ ਤਾਂ ਉਸਦੀ ਹਾਲਤ ਦੇਖੋ ਏਐਸਆਈ ਦੀ ਕੀ ਹੋ ਰਹੀ ਹੈ। ਉਸ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੋ ਰਹੀ ਸੀ, ਫਿਰ ਵੀ ਆਪਣੀ ਡਿਊਟੀ ਨਿਭਾਉਂਦੇ ਹੋਏ, ਆਪਣਾ ਫਰਜ਼ ਨਿਭਾਉਂਦੇ ਹੋਏ ਇਸ ਏਐਸਆਈ ਨੇ ਇਸ ਕੈਦੀ ਨੂੰ ਜੇਲ੍ਹ ਤੱਕ ਪਹੁੰਚਾਇਆ ਅਤੇ ਫਿਰ ਇਸਦੀ ਮੌਤ ਹੋ ਗਈ। ਏਐਸਆਈ ਨੂੰ ਹਾਰਟ ਅਟੈਕ ਆ ਗਿਆ ਜਿਸ ਕਰਕੇ ਉਸਦੀ ਮੌਤ ਹੋ ਗਈ ਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਲਾਗੇ ਦੀਆਂ, ਜਿੱਥੇ ਹਸਪਤਾਲ ਵਿੱਚ ਮੈਡੀਕਲ ਕਰਾਉਣ ਦੇ ਲਈ ਇੱਕ ਕੈਦੀ ਨੂੰ ਲਿਆਇਆ ਜਾਂਦਾ ਹੈ। ਕੈਦੀ ਪੁਲਿਸ ਦੀ ਫੜ ਦੇ ਵਿੱਚੋਂ ਭੱਜ ਨਿਕਲਦਾ ਹੈ ਤਾਂ ਏਐਸਆਈ ਜੋ ਕਿ ਕਾਫੀ ਉਮਰਦਰਾਜ ਹੈ ਇਹ ਇਸ ਕੈਦੀ ਮਗਰ ਭੱਜਦਾ ਹੈ, ਜਿਸ ਕਰਕੇ ਕੈਦੀ ਏਐਸਆਈ ਨੂੰ ਧੱਕਾ ਵੀ ਮਾਰਦਾ ਹੈ ਅਤੇ ਏਐਸਆਈ ਨੂੰ ਹਾਰਟ ਅਟੈਕ ਆ ਜਾਂਦਾ ਹੈ ਅਤੇ ਉਸਦੀ ਮੌਤ ਹੋ ਜਾਂਦੀ ਹੈ। ਅਤੇ ਹੁਣ ਇਸਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਏਐਸਆਈ ਕੈਦੀ ਦੇ ਪਿੱਛੇ ਭੱਜ ਰਿਹਾ ਹੈ, ਨਾਲ ਉਸਦੇ ਕੋਈ ਸ਼ਖਸ ਜੋ ਕਿ ਆਟੋ ਵਾਲਾ ਹੈ ਉਹ ਵੀ ਮਦਦ ਕਰ ਰਿਹਾ ਹੈ ਕੈਦੀ ਨੂੰ ਫੜਨ ਦੇ ਵਿੱਚ। ਆਖਿਰਕਾਰ ਫਿਰ ਏਐਸਆਈ ਕੈਦੀ ਨੂੰ ਫੜਨ ਦੇ ਵਿੱਚ ਕਾਮਯਾਬ ਰਹਿੰਦਾ ਹੈ। ਜਦ ਏਐਸਆਈ ਦੀ ਗ੍ਰਿਫਤ ਦੇ ਵਿੱਚ, ਜਦ ਪਕੜ ਦੇ ਵਿੱਚ ਉਹ ਕੈਦੀ ਆ ਜਾਂਦਾ ਹੈ ਤਾਂ ਏਐਸਆਈ ਦਾ ਹਾਲ ਦੇਖੋ, ਤੁਸੀਂ ਆਪ ਹੀ ਹਿਸਾਬ ਲਗਾ ਸਕਦੇ ਹੋ ਕਿ ਇੰਨੀ ਉਮਰ ਦੇ ਵਿੱਚ ਇਸ ਏਐਸਆਈ ਨੇ ਭੱਜ ਕੇ ਉਸ ਕੈਦੀ ਨੂੰ ਫੜਿਆ ਜਿਸ ਕਰਕੇ ਇਸਦਾ ਸਾਹ ਫੁੱਲ ਗਿਆ ਅਤੇ ਇਸਨੂੰ ਹਾਰਟ ਅਟੈਕ ਆ ਗਿਆ ਹੈ। ਤਾਂ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਉਹ ਕੈਦੀ ਭੱਜ ਜਾਂਦਾ ਹੈ ਜਿਸ ਨੂੰ ਫੜਦੇ ਹੋਏ ਏਐਸਆਈ ਪਰਮਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ, ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਹੈ। ਤਾਂ ਹੁਣ ਇਸ ਭੱਜ ਦੌੜ ਦੀ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਮੂਹਰੇ ਮੂਹਰੇ ਕੈਦੀ ਭੱਜ ਰਿਹਾ ਹੈ ਅਤੇ ਪਿੱਛੇ ਪਿੱਛੇ ਏਐਸਆਈ ਪਰਮਜੀਤ ਸਿੰਘ, ਹੁਣ ਜਿਨ੍ਹਾਂ ਦੀ ਮੌਤ ਹੋ ਗਈ ਹੈ ਡਿਊਟੀ ਦੌਰਾਨ ਸ਼ਹੀਦ ਹੋ ਗਏ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅੰਮ੍ਰਿਤਸਰ ਦੀਆਂ ਜਿੱਥੇ ਕੈਦੀ ਨੂੰ ਫੜਨ ਦੌਰਾਨ ਇੱਕ ਏਐਸਆਈ ਪਰਮਜੀਤ ਸਿੰਘ ਦੀ ਮੌਤ ਹੋ ਗਈ ਹੈ। ਕਿਹੜੇ ਥਾਣੇ ਤੋਂ ਇਹ ਭਾਜੀ? ਪ੍ਰੈਸ ਤੋਂ ਹੈਗਾ, ਕਿੱਦਾਂ ਭੱਜ ਗਿਆ ਸੀ? ਆਹੋ।